ਟਿਊਨਿੰਗ ਕੀਤੀ ਹੈ, ਇੱਕ ਤਾਂ ਹੁੰਦਾ ਕਿ ਜਿਹੜੀ ਸਟੇਜ 1 ਸਟੇਜ 2 ਹੁਣ ਇਹਦੇ ਵਿੱਚ ਕੱਲੀ ਪੌਪਸ ਵਾਲੀ ਕੀਤੀ ਹੈ ਤੇ ਥੋੜੀ ਜਿਹੀ ਆਰਟ ਪੌਪਸ ਵਾਲੀ ਜਿਹਨੂੰ ਕਹਿੰਦੇ ਪੜਾਕੇ ਮਾਰਨਾ ਪੜਾਕੇ ਮਾਰਨਾ ਆਰਪੀਐਮ ਥੋੜੀ ਜਿਹੀ ਮੈਂ ਵਧਾਈ ਹੁਣ ਕਿੰਨੇ ਤੇ ਜਾਂਦੀ ਹੈ ਪੈਟਰੋਲ ਪੈਟਰੋਲ ਆ 6 ਤੇ ਜਾਂਦੀ ਹੈ ਇਹਦੀ ਸਿਰਫ ਹੁਣ ਜਾਂਦੀ 7.5 ਤੇ 7000 ਆਰਪੀਐਮ ਚੱਲ ਜਾਂਦੀ ਹੈ ਚੱਲ ਜਾਂਦੀ ਹੈ ਵੈਸੇ ਸਟਾਕ 'ਚ 6 ਆਉਂਦੀ ਹੈ ਕੋਲੇ ਆ ਕੇ ਵੇਖੋ ਹੈ ਜੇ ਤੁਹਾਨੂੰ ਗਾਂ ਦੇਖ ਵੀ ਗਿਆ ਕੁਛ ਅੱਛਾ ਇਸ ਫਿਲਟਰ ਦਾ ਫਾਇਦਾ ਕੀ ਹੋ ਗਿਆ ਇੱਕ ਤਾਂ ਪਿਕਅਪ ਵਧਾਉਂਦਾ ਵਾ ਇੱਕ ਜਿਵੇਂ ਮੰਨ ਕੇ ਲਓ ਐਗਜ਼ੌਸਟ ਨਹੀਂ ਲੱਗਣ ਕਿਸੇ ਗੱਡੀ ਤੇ ਇਹਨੇ ਆਵਾਜ਼ ਬਣਾ ਦੇਣੀ ਅੱਛਾ ਆ 2 ਲਾਏ ਹੋਏ ਨੇ ਰਿਮ ਦੇਖ ਲੈ 2 ਗਾ ਕੇ ਤਾਂ ਚੌੜਾ ਕਰ ਲੈ ਇਹਨੂੰ ਹੈ ਤੇ ਉਹ ਟਾਇਰ ਖੁੱਲ ਗਿਆ ਟਾਇਰ ਖੁੱਲ ਗਿਆ ਟਾਇਰ ਉਹ ਜਿਹੜਾ ਸਟਾਕ ਪੈਣਾ ਸਟਾਕ ਟਾਇਰ ਆ ਬਸ ਉਹਨੂੰ ਜਿਵੇਂ ਚੜਾਉਣ 'ਚ ਔਖਾ ਹੁੰਦਾ ਘੱਟੋ ਘੱਟ ਇੱਕ ਟਾਇਰ ਨੂੰ ਅੱਧਾ ਘੰਟਾ ਲੱਗਾ ਲੈ 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 ਹੋ ਗਿਆ ਹਨੀ ਜਿਗਰਾਇਆ ਉਹਦਾ ਬੰਦੇ ਦਾ ਮੈਨੂੰ ਤਾਂ ਬਹੁਤ ਡਰ ਲੱਗਦਾ ਆ ਇੱਦਾਂ ਦੇਖੇ ਤੇ ਵੱਧ ਡਰ ਲੱਗਦਾ ਵਿੱਚ ਬੈਠਿਆਂ ਦੇ ਨਹੀਂ ਪਤਾ ਲੱਗਦਾ ਕੱਲਾ ਐਗਜ਼ੌਸਟ 20000 ਦਾ ਆ ਬਸ ਇਹਦਾ ਕਮਾਲ ਆ ਸਾਰਾ ਕਿੱਟ ਕੁੱਟ ਦਾ ਵਿੱਚ ਲੱਗੀ ਕਿੱਟ ਵੀ ਲੱਗੀ ਆ ਉਹਦਾ ਕਿੰਨਾ ਖਰਚਾ ਉਹਦਾ 1.5 ਲੱਖ 1.5 ਲੱਖ ਰੁਪਏ ਦਾ ਦੇਖ ਲੈ ਕਿੱਟ ਲਵਾਈ ਆ ਤਾਂ 20000 ਦਾ ਐਗਜ਼ੌਸਟ ਆ 1,70,000 ਮੈਂ 2 ਲੱਖ ਰੁਪਏ ਥੱਲੇ ਥੱਲੇ ਪਛਾਤਾ ਗੱਡੀ ਦੇ ਹੈ ਥੱਲੇ ਨੀਚੇ ਜਿਹੜੀ ਪਾਈਪਿੰਗ ਕੀਤੀ ਉਹ ਅਲੱਗ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਉੱਧਰ ਹਾਂ ਸਤਿ ਸ਼੍ਰੀ ਅਕਾਲ ਬੁਲਾ ਦੇ ਸੋਹਣੇ ਸਤਿ ਸ਼੍ਰੀ ਅਕਾਲ ਭਾਜੀ ਹਾਂ ਇਹ ਦੋਨੋਂ ਮੇਰੇ ਇਹ ਤਾਂ ਮੇਰੇ ਚੱਲ ਵੱਡੀ ਹੈ ਛੋਟਾ ਮੇਰੇ ਤੋਂ ਇਹ ਆਪਣਾ ਭਾਈ ਲਵ ਆਪਾਂ ਜਾਏ ਹਾਂ ਮੋਗੇ ਪਿਛਲੀ ਵਾਰੀ ਜੱਟਾ ਮੈਂ ਵੀਡੀਓ ਕਰੀ ਸੀ ਬਾਗੇ ਪੁਰਾਣੇ ਹੈ ਸੁਣੇ ਆਪਾਂ ਪਿਛਲੀ ਵਾਰੀ ਉਹ ਗੱਡੀ ਦੀ ਵੀਡੀਓ ਕਰੀ ਸੀ ਚੱਲੀ ਬਹੁਤ ਸੀ ਸੁੱਖ ਨਾਲ ਜੱਟਾ ਹਾਂ ਇੰਸਟਾਗ੍ਰਾਮ 'ਤੇ ਤਾਂ ਕੇਰਲਾ ਕੁਰਲਾ ਵਾਲੇ ਨੇ ਤਾਂ ਅੱਗ ਲਾ ਦਿੱਤੀ ਕਮੈਂਟਾਂ 'ਚ ਉਦੋਂ ਹੈ ਕਹਿੰਦੇ ਬਾਈ ਸੁਪਰਾ ਮੈਨੂੰ ਬਹੁਤ ਕਹਿੰਦੇ ਸੁਪਰਾ ਫੇਲ ਕਰਤੀ ਸੁਪਰਾ ਫੇਲ ਕਰਤੀ ਹੈ ਗੱਡੀਆਂ ਨੂੰ ਪਤੰਦਰ ਲਵਾਈ ਇਹੋ ਜਿਹਾ ਫਿਰਦਾ ਕੁਛ ਹੈ ਇਹ ਉਹ ਜਿਹੜੀ ਜੈਨ ਆ ਉਹਦੀ ਤਾਂ ਵੀਡੀਓ ਕੀਤੀ ਉਹ 'ਚ ਮੋਡੀਫਿਕੇਸ਼ਨ ਬਾਅਦ 'ਚ ਕੀਤੀ ਕੁਛ ਕਿ ਨਹੀਂ ਹਜੇ ਨਹੀਂ ਹਲੇ ਕੁਛ ਵੀ ਨਹੀਂ ਕੀਤੀ ਹੈ ਕਿਉਂਕਿ ਨਾ ਇਹਦੇ ਪਾਰਟਸ ਮੰਗਵਾਉਣਾ ਪਿਆ ਮੈਂ ਇਹਦੇ ਹਾਂਜੀ ਬਾਈ ਯਾਰ ਉਹ 'ਚ ਦੇ 'ਚ ਫਰਕ ਕੀ ਆ ਬਾਈ ਤਾਂ ਵੱਡੀ ਆ ਇੰਜਨ ਪੱਖੋਂ ਵੀ ਇੰਜਨ ਪੱਖੋਂ ਹੀ ਵੱਡੀ ਹੈ ਹੋਰ ਇਹ 'ਚ ਕੀ ਫਰਕ ਆ ਸ਼ੇਪ ਦਾ ਫਰਕ ਆ ਉਹ ਹੈਚਬੈਕ ਆ ਕਿ ਇਹ ਸਡੈਨ ਆ ਇਹ ਸਡੈਨ ਇਹ ਸਡੈਨ ਵੀ ਹੈ ਤੇ ਸਡੈਨ ਵੀ ਹੈ ਇਹ ਉਹ ਮੈਂ ਦੇਖ ਲਈ ਆ ਉੱਥੇ ਉੱਥੇ ਡ੍ਰਿਫਟਿੰਗ ਨਹੀਂ ਹੋ ਸਕਦੀ ਹਾਂ ਬਿਲਕੁਲ ਵੀ ਨਹੀਂ ਤੇ ਯਾਰ ਉਹ ਨਾਰਮਲੀ ਡ੍ਰਿਫਟ ਨੂੰ ਗੱਡੀਆਂ ਲੋਕ ਭਾਲਦੇ ਹੁੰਦੇ ਆ ਫਰੰਟ ਵੀਲ ਹੈ ਸੁਮਨ ਫਰੰਟ ਰੀਅਰ ਵੀਲ ਭਾਲਦੇ ਰੀਅਰ ਵੀਲ ਮਤਲਬ ਜਿਹਦੇ ਪਿਛਲੇ ਟਾਇਰ ਜ਼ੋਰ ਮਾਰਦੇ ਆ ਤੇ ਇਹਦੇ ਮੋਰਲੇ ਟਾਇਰ ਜ਼ੋਰ ਮਾਰਦੇ ਨੇ ਹੈ ਹਾਂਜੀ ਤੇ ਪੱਟੂ ਇਹਦੇ ਨਾਲ ਵੀ ਕਰੀ ਫਿਰਦਾ ਡ੍ਰਿਫਟ ਵਾਲਾ ਕੰਮ ਆ ਸਾਰੀ ਗਰਾਊਂਡ ਤਾਂ ਕਿੱਡੀ ਖੁੱਲੀ ਆ ਅਸੀਂ ਸਹੀ ਦੱਸਾਂ ਵਿੱਚ ਬਹਿ ਕੇ ਦੇਖ ਲਿਆ ਡ੍ਰਿਫਟ ਦਾ ਹਿਸਾਬ ਹੋਣਾ ਚਾਹੀਦਾ ਜਿਹੜੇ ਮਰਜ਼ੀ ਦੇ ਕਰਾ ਲਓ ਕਿਸੇ ਵੀ ਕਾਰ ਕਿਸੇ ਵੀ ਹੋ ਇਹ ਤੇ ਵੀ ਜਾਊ ਬਟ ਇੱਥੇ ਮੈਂ ਅਲੋਈ ਵੀਲ ਥੋੜਾ ਐਕਸਪੈਂਸਿਵ ਪਾਇਆ ਮੈਂ ਤੇ ਖਤਰਾ ਨਹੀਂ ਲੈਣਾ ਤੇ ਖਤਰਾ ਨਹੀਂ ਫਿਰ ਆਹ ਜਿਹੜੇ ਇਹਨੂੰ ਰਿਮ ਪਾ ਰੱਖੇ ਨੇ ਇਹ ਵੀਰੇ ਬਣਵਾ ਕੇ ਪਏ ਇਹ ਆਪ ਇਹ ਕਿਵੇਂ ਬਣਵਾਏ ਨੇ ਮਤਲਬ ਦਿਖਾਈ ਤਾਂ ਇਹ ਵੀਰੇ ਸਹੀ ਨਾ ਇਹ 14 ਇੰਚੀ 14 ਇੰਚੀ 'ਚ ਇੰਨੇ ਕੀ ਆਉਂਦੇ ਆ ਅੱਛਾ ਸਿਰਫ ਇੰਨੇ ਕੁ ਤੇ ਇਹ ਬਚ ਕਟਵਾ ਕੇ ਜਿਵੇਂ ਹੁਣ ਉਹ ਦੇਖੋ ਜਿਵੇਂ ਆਪਾਂ ਸਿੰਪਲ ਸਟਿਪਣੀ ਵੇਖੀ ਹੈ ਸਟਿਪਣੀ ਤਾਂ ਬਹੁਤ ਨੇੜੇ ਹੁੰਦਾ ਉੱਥੋਂ ਕਟਵਾਤਾ ਜਿਵੇਂ ਕੋਨੇ ਤੋਂ ਕਟਵਾ ਕੇ ਡਬਲ ਕਰਾਤਾ ਡਬਲ ਕਰਾਤਾ ਅੱਛਾ ਆ 2 ਲਾਏ ਹੋਏ ਨੇ ਰਿਮ ਦੇਖ ਲੈ 2 ਗਾ ਕੇ ਤਾਂ ਚੌੜਾ ਕਰ ਲੈ ਇਹਨੂੰ ਹੈ ਤੇ ਉਹ ਟਾਇਰ ਖੁੱਲ ਗਿਆ ਟਾਇਰ ਖੁੱਲ ਗਿਆ ਟਾਇਰ ਉਹ ਜਿਹੜਾ ਸਟਾਕ ਪੈਣਾ ਸਟਾਕ ਟਾਇਰ ਆ ਬਸ ਉਹਨੂੰ ਜਿਵੇਂ ਚੜਾਉਣ 'ਚ ਔਖਾ ਹੁੰਦਾ ਹਾਂ ਘੱਟੋ ਘੱਟ ਇੱਕ ਟਾਇਰ ਨੂੰ ਅੱਧਾ ਘੰਟਾ ਲੱਗਾ ਐਂ ਡਰ ਨਹੀਂ ਲੱਗਦਾ ਯਾਰ ਨੁੱਕਰ ਲੱਗ ਜੂ ਤਾਂ ਕਿਤੇ ਪਾਰ ਫੁੱਟ ਜਾਊ ਇਹ ਕੁਛ ਨਹੀਂ ਹੁੰਦਾ ਹਾਂ ਨੁੱਕਰ ਲੱਗੂ ਕਿੱਦਾਂ ਰਿਮ ਹੈਗਾ ਆ ਕੱਲ ਹੀ ਹੋ ਕੇ ਹਟਿਆ ਆ ਦੇਖੋ ਇਹ ਬ੍ਰੀਜ਼ ਵਾਲੇ ਨੇ ਵਿੱਚ ਮਾਰੀ ਇਹਦੇ ਬ੍ਰੀਜ਼ਾ ਦਾ ਲੋਏ ਵੀਲ 'ਚ ਟੁੱਟ ਗਿਆ ਉਹਦਾ ਤੋੜਤਾ ਟੁੱਟ ਗਿਆ ਹਾਂ ਅੱਛਾ ਇਹਦਾ ਵਿਚਾਰ ਹੈ ਗਿਆ ਇਹਦਾ ਵਿਚਾਰ ਹੈ ਗਿਆ ਇਹ ਕੁਛ ਨਹੀਂ ਕੁਛ ਵੀ ਨਹੀਂ ਕਿਉਂਕਿ ਨਾ ਰਿਮ ਜਿਵੇਂ ਮਰਜ਼ੀ ਥੋੜੀਆਂ ਮਾਰੋ ਸਿੱਧਾ ਹੋ ਜਾਣਾ ਆਹਾਂ ਜਿਵੇਂ ਜੱਟਾ ਤੂੰ ਇਹਦਾ ਡ੍ਰਿਫਟ ਕਰਦਾ ਸੀ ਤਰਨੋਂ ਸ਼ਾਰਟ ਦਿਖਾਈ ਵਿੱਚ ਗੱਡੀ ਉਹ ਘੁੰਮਦੀ ਸੀਗੀ ਹੈ ਨਾ ਮੈਂ ਵੀ ਚਲਾ ਕੇ ਡ੍ਰਿਫਟ ਜੀ ਮਾਰ ਕੇ ਦੇਖੀ ਉਹ ਗੱਡੀ 'ਚ ਇੰਨਾ ਜ਼ੋਰ ਤਾਂ ਏਜੰਸੀ ਦਿੰਦੀ ਨਹੀਂ ਉਹ
ਇੰਨੀ ਪਾਵਰ ਤਾਂ ਉਹ ਦਿੰਦੀ ਨਹੀਂ, ਵੈਸੇ ਪਾਵਰ ਹੈਗੀ ਆ ਇਹਦੇ ਵਿੱਚ, ਪਰ ਸਾਨੂੰ ਅਲਾਓ ਤਾਂ ਕਰਦੀ ਨਹੀਂ ਇੰਨਾ ਬਰਤਨ ਦੀ, ਉਹ ਨਹੀਂ ਕਰਨ ਦਿੰਦੀ। ਇੱਕ ਹੈ ਨਾ, ਇੱਕ ਤੇ ਟਿਊਨਿੰਗ ਕੀਤੀ ਹੈ, ਇੱਕ ਤਾਂ ਹੁੰਦਾ ਕਿ ਜਿਹੜੀ ਸਟੇਜ 1 ਸਟੇਜ 2 ਹੁਣ ਇਹਦੇ ਵਿੱਚ ਕੱਲੀ ਪੌਪਸ ਵਾਲੀ ਕੀਤੀ ਹੈ, ਤੇ ਥੋੜੀ ਜਿਹੀ ਆਰਪੀਐਮ ਪੌਪਸ ਵਾਲੀ, ਜਿਹਨੂੰ ਕਹਿੰਦੇ ਪੜਾਕੇ ਮਾਰਨਾ, ਪੜਾਕੇ ਮਾਰਨਾ। ਇੱਕ ਆਰਪੀਐਮ ਥੋੜੀ ਜਿਹੀ ਮੈਂ ਵਧਾਈ, ਹੁਣ ਕਿੰਨੇ ਤੇ ਜਾਂਦੀ ਪੈਟਰੋਲ? ਹੁਣ ਪੈਟਰੋਲ ਆ 6 ਤੇ ਜਾਂਦੀ ਇਹਦੀ ਸਿਰਫ, ਹੁਣ ਜਾਂਦੀ 7.5 ਤੇ, 7000 ਆਰਪੀਐਮ ਚੱਲ ਜਾਂਦੀ ਆ, ਚੱਲ ਜਾਂਦੀ ਆ। ਵੈਸੇ ਸਟਾਕ 'ਚ 6 ਆਉਂਦੀ ਆ, ਸਟਾਕ 'ਚ 6 ਆ, ਮਤਲਬ ਆਪਾਂ 1500 ਆਰਪੀਐਮ ਵਧਾ ਤਾ, 1500 ਵੀ ਬਹੁਤ ਆ, ਬਹੁਤ ਆ, ਬਹੁਤ ਜ਼ਿਆਦਾ। ਤੇ 1500 ਆਰਪੀਐਮ ਇੱਕ ਹੋਰ ਚੀਜ਼ 'ਚ ਕੀਤੀ ਆ, ਇਹਦੇ ਵਿੱਚ K9 ਦਾ ਫਿਲਟਰ ਲਗਾਇਆ, ਉਹ ਦਿਖਾਉਣਾ ਆ ਯਾਰ, ਆ ਜਾਓ ਇੱਥੋਂ ਇੱਥੋਂ ਕਰਾਂ, ਲੋੜ ਹੀ ਨਹੀਂ। ਹਾਂ ਅੱਛਾ, ਮੋਹਰੇ ਖੁੱਲ੍ਹ ਜਾਓ ਸਿੱਧਾ ਹੀ, ਫਿਲਟਰ ਆ। ਅੱਛਾ, ਨੋਰਮਲੀ ਆਪਣੇ ਫਿਲਟਰ ਬਾਕਸਾਂ ਵਾਲੇ ਹੁੰਦੇ ਨੇ, ਹਨਾ? ਹਾਂ, ਹੁਣ ਇਹਨੂੰ ਵੇਖ ਲਓ, ਜਿਵੇਂ ਕਈ ਕਹਿੰਦੇ ਨੇ ਮਿੱਟੀ ਚੱਲ ਜਾਂਦੀ ਹੈ, ਇਹਨੂੰ ਹੁਣ ਝਾੜ ਕੇ ਵੇਖ ਲਓ। ਮੈਂ ਵੀ ਤੈਨੂੰ ਉਹੀ ਪੁੱਛਦਾ ਸੀ, ਮੈਂ ਕਿਹਾ ਯਾਰ ਕਿਤੇ ਮਿੱਟੀ ਮੁੱਟੀ ਨਾ ਚੱਲ ਜਾਏ, ਕੋਲੇ ਆ ਕੇ ਵੇਖੋ। ਹਾਂ, ਜੇ ਤੁਹਾਨੂੰ ਗਾਂ ਦੇਖ ਵੀ ਗਿਆ ਕੁਛ। ਅੱਛਾ, ਇਸ ਫਿਲਟਰ ਦਾ ਫਾਇਦਾ ਕੀ ਹੋ ਗਿਆ? ਇੱਕ ਤਾਂ ਪਿਕਅਪ ਵਧਾਉਂਦਾ ਵਾ, ਇੱਕ ਜਿਵੇਂ ਮੰਨ ਕੇ ਲਓ ਐਗਜ਼ੌਸਟ ਨਹੀਂ ਲੱਗਣਾ ਕਿਸੇ ਗੱਡੀ ਤੇ, ਇਹਨੇ ਆਵਾਜ਼ ਬਣਾ ਦੇਣੀ। ਇਹਨੇ ਬਣਾ ਦੇਣੀ, ਇਹਨੇ ਬਣਾ ਦੇਣੀ। ਆਹਾਂ, ਤੁਹਾਨੂੰ ਆਵਾਜ਼ ਸੁਣਾ ਵੀ ਦੇਣਾ ਬੜੀ ਗੱਲ ਆ। ਇਹ ਇਹਦਾ ਖਰਚਾ ਕਿੰਨਾ ਆਉਂਦਾ ਹੋਊਗਾ? ਇਹ ਹੈਗਾ 4000 ਦਾ ਫਿਲਟਰ ਆ, 4000 ਦਾ ਫਿਲਟਰ ਆ, ਤੇ ਚੇਂਜ ਕਦੋਂ ਹੋਣਾ ਇਹ? ਜਦੋਂ ਮਰਜ਼ੀ ਕਰ ਲਓ। ਵੈਸੇ ਲਾਈਫ ਤਾਂ ਹੋਊਗੀ ਜਿਵੇਂ ਆਪਣਾ ਕਈ ਗੱਡੀਆਂ ਦਾ ਹੁੰਦਾ। ਨਹੀਂ ਨਹੀਂ ਨਹੀਂ, ਇਹਨਾਂ ਵਿੱਚ ਕੋਈ ਚੱਕਰ ਨਹੀਂਗਾ, ਕਿਉਂਕਿ ਇਹਨੂੰ ਝਾੜ ਕੇ ਦੁਬਾਰਾ ਪਾ ਲਓ। ਝਾੜ ਕੇ ਫਿਰ ਦੁਬਾਰਾ ਲਾ ਲਓ, ਇਹ 'ਚ ਏਡਾ ਕੋਈ ਚੱਕਰ ਨਹੀਂ ਹੁੰਦਾ। ਤੇ ਇਹਦੇ ਨਾਲ ਏਅਰ ਇਨਟੇਕ ਵੱਧ ਗਈ, ਏਅਰ ਇਨਟੇਕ ਵੱਧ ਗਈ, ਜਦੋਂ ਪੈਟਰੋਲ ਨੂੰ ਜ਼ਿਆਦਾ ਏਅਰ ਮਿਲਦੀ ਉਹਨੇ ਬੜਨਾ ਛੇਤੀ ਆ ਤੇਲ, ਹਨਾ? ਹਾਂ, ਤੇ ਡਰ ਨਹੀਂ ਲੱਗਦਾ ਯਾਰ ਇੰਜੈਕਟਰ ਨਜੂਟਰ ਕੱਢ ਦਿਓ ਇੱਕ ਵਾਰੀ ਤੇ ਫੜ ਕੇ? ਨਹੀਂ ਨਹੀਂ, ਕੁਛ ਨਹੀਂ ਕਰਦੀ, ਕੁਛ ਵੀ ਨਹੀਂ, ਸ਼ਾਬਾਸ਼ ਏ। ਬਸ ਜੇ ਜਿਵੇਂ ਹੁਣ ਜਿਹੜੀ ਗੱਡੀ ਦੇ ਥੱਲੇ ਆਹ ਲੱਗਾ ਹੋਊਗਾ, ਜੇ ਆਪਾਂ ਲਾ ਦਾਂਗੇ ਫਾਇਦਾ ਰਹੂਗਾ, ਨਹੀਂ ਤਾਂ ਗਿਆ। ਇਹ ਕੀ ਚੀਜ਼ ਆ? ਲਾਈਕ ਇਹ ਫਿਲਟਰ ਤੋਂ ਪਹਿਲਾਂ ਹੀ ਹੁੰਦਾ ਵਾ, ਮੈਂ ਪੂਰੀ ਪਾਈਪਿੰਗ ਨਹੀਂ ਚੇਂਜ ਕੀਤੀ ਤਾਂ ਕਰਕੇ। ਅੱਛਾ, ਜੇ ਮੈਂ ਪਾਈਪਿੰਗ ਚੇਂਜ ਕਰਦਾ ਮਿੱਟੀਆਂ ਤਾਂ ਚੱਲਣੀ ਸੀ। ਠੀਕ ਆ, ਅੱਛਾ ਹੁਣ ਆਪਾਂ ਮਿੱਟੀ ਤੋਂ ਤਾਂ ਬਚ ਗਏ, ਬਚ ਗਏ ਬਿਲਕੁਲ। ਅੱਛਾ ਯਾਰ, ਐਂ ਨਹੀਂ ਡਰ ਲੱਗਦਾ ਜਿੱਦਾਂ ਹੁਣ ਗੱਡੀ ਨੇ ਧੱਕਾ ਕਰਦੇ ਯਾਰ, ਇਹ ਗਰਮ ਹੋ ਜੂ, ਓਵਰ ਹੀਟ ਹੋ ਜੂ? ਨਹੀਂ ਨਹੀਂ, ਇੰਨਾ ਕੋਈ ਚੱਕਰ ਨਹੀਂ ਹੁੰਦਾ। ਪਹਿਲੇ ਦੂਏ ਗੇਅਰ 'ਚ ਇੰਨਾ ਧੱਕਾ, ਬੰਦਾ ਥਾਰਾਂ ਨਾਲ ਵੀ ਕਰਦਾ ਨਾ, ਇੱਕ ਵਾਰੀ ਟੈਂਪਰੇਚਰ ਵਾਲੀ ਸੂਈ ਤਾਂ ਚੜ੍ਹਦੀ ਆ ਉਹਦੀ ਵੀ, ਹਰ ਚੀਜ਼ ਹੋਰ ਆ। ਹਾਂ, ਉਹਦੇ ਵਿੱਚ ਲਾਈਕ ਜਲਦੀ ਉਹ ਨਹੀਂ ਹੁੰਦਾ, ਹੁਣ ਦੇਖੋ ਫਰੈਸ਼ ਏਅਰ ਜਾਂਦੀ ਇਹਦੇ ਅੰਦਰ, ਬਹੁਤ ਨੇੜੇ ਕਰਕੇ ਲਾਇਆ ਅੱਗੇ, ਇਹਦਾ ਫਿਲਟਰ ਬਹੁਤ ਦੂਰ ਹੁੰਦਾ ਵਾ, ਕਿੱਥੋਂ ਏਅਰ ਆਉਣੀ ਆ, ਹੁਣ ਸਿੱਧੀ ਏਅਰ ਅੰਦਰ ਜਾਂਦੀ ਇਹਦੇ। ਤੇ ਇੱਕ ਤਾਂ ਉਹ ਇੱਕ ਏਅਰ ਜਾਂਦੀ ਆ, ਇੱਕ ਪਾਸੇ ਉਹ ਨਿਕਲਦੀ ਆ, ਉਹ ਜਿਹੜਾ ਪਿੱਛੇ ਲਾਇਆ ਐਗਜ਼ੌਸਟ ਦੇ, ਹੈ ਨਾ? ਉਹ ਤਾਂ ਬੰਦਾ ਨੇੜੇ ਮਾੜੇ ਗਿਆ ਨਾਲ ਤਾਂ ਕੋਲ ਨਹੀਂ ਖੜ ਸਕਦਾ। ਬਿਲਕੁਲ ਵੀ ਨਹੀਂ, ਇਹ ਨਾ ਤੁਹਾਨੂੰ ਦੱਸਦਾ, ਜਦੋਂ ਇਹਦੇ ਵਿੱਚ ਮੈਂ ਇੰਸਟਾਲ ਕਰਦਾ ਪਿਆ ਚੈਕਿੰਗ ਵਾਸਤੇ, ਨਾ ਮੁੰਡਾ ਪਿੱਛੇ ਖੜਾ ਸੀਗਾ, ਇਹ ਵੀਡੀਓ ਬਣਾਉਂਦਾ ਪਿਆ ਸੀਗਾ, ਤੇ ਸਿਰਫ ਇਹਨੇ ਇੱਕ ਪਟਾਕਾ ਸੁਣਿਆ ਬਸ, ਦੂਜੇ ਤੇ ਨਾਲ ਹੀ ਅੱਗੇ ਆ ਗਿਆ। ਮੈਂ ਸੁਣਿਆ ਕਹਿੰਦੇ ਤੈਨੂੰ ਬਾਕੀ ਪੁਰਾਣੇ ਬੈਨ ਕਰਤਾ। ਨਹੀਂ, ਬਾਕੀ ਪੁਰਾਣੇ ਬੈਨ ਤਾਂ ਨਹੀਂ ਮੈਨੂੰ ਕੀਤਾ, ਮਾਮੇ ਮਗਰ ਘੁੰਮਦੇ ਤੇਰੇ? ਨਹੀਂ ਨਹੀਂ, ਮੇਰੇ ਤਾਂ ਕੰਪਲੇਂਟ ਹੋ ਗਈ ਸੀ, ਕੰਪਲੇਂਟ ਹੋ ਗਈ ਇਸੇ ਦੀ ਹੋਈ ਆ, ਇਹਦੇ ਕਰਕੇ, ਇਹਦੇ ਕਰਕੇ ਹੋਈ ਆ, ਇਹ ਪਟਾਕੇ ਕਰਕੇ। ਉਹ ਕਾਲੇ ਸ਼ੀਸ਼ਿਆਂ ਕਰਕੇ ਨਹੀਂ ਹੋਈ? ਨਹੀਂ ਨਹੀਂ ਨਹੀਂ, ਉਹ ਬੈਨ ਨਹੀਂ ਹੋਇਆ ਸੀਗਾ, ਲਾਈਕ ਅਸੀਂ ਵੈਸੇ ਗਏ ਸੀਗੇ ਬੰਨੀ ਮੁੰਡਾ, ਤੁਹਾਨੂੰ ਜਾਣਦੇ ਬੰਨੀ, ਬਾਕੀ ਪੁਰਾਣੇ ਬਾਕੀ ਪੁਰਾਣੇ ਵਾਲਾ, ਬਸ ਅਸੀਂ ਉੱਥੇ ਗਏ ਸੀਗੇ ਵੈਸੇ ਵੀਡੀਓ ਬਣਾਉਣਾ, ਮੇਰਾ ਇੱਕ ਗੇੜਾ ਲੱਗਾ ਸੀਗਾ, ਅਸੀਂ ਗੇੜਾ ਕੱਢਣ ਚਲੇ ਗਏ, ਉੱਥੇ ਖੜ ਕੇ ਦੂਸਰੀ ਲੱਗ ਗਏ, ਉਹ ਆ ਗਏ ਪੁਲਿਸ ਵਾਲੇ ਪਿੱਛੋਂ, ਉਹਨਾਂ ਨੇ ਤਾਂ ਕੋਈ ਐਕਸੀਡੈਂਟ ਕਾਰ ਵੇਖੀ ਸੀਗੀ, ਵੀ ਕੰਪਲੇਂਟ ਆਈ ਸੀਗੀ, ਉਹ ਕਹਿੰਦੇ ਵੀ ਤੁਸੀਂ ਤਾਂ ਨਹੀਂ, ਆਸੇ ਪਾਸੇ ਬਹੁਤ ਖੜੇ ਆਉਂਦੇ, ਤੁਹਾਨੂੰ ਪਤਾ ਰਿਐਕਸ਼ਨ ਆਉਂਦੇ ਆ, ਉਦੋਂ ਖੜ ਗਏ ਤੇ ਬਸ ਉਹੀ ਵੇਖਣ ਲੱਗ ਗਏ, ਤੇ ਬਾਅਦ 'ਚ ਉਹ ਆ ਗਏ, ਉਹਨਾਂ ਨੇ ਵੀ ਬਰੀਆਂ ਬੁਰੀਆਂ ਖੋਲ੍ਹ ਕੇ ਵੇਖੀਆਂ, ਕਹਿੰਦੇ ਵਧੀਆ ਬਣੀ ਆ, ਤੇ ਮੈਨੂੰ ਕਹਿੰਦੇ ਕਲਰ ਚੇਂਜ ਕਰਾ ਲਾ, ਮੈਂ ਕਿਹਾ ਪਹਿਲਾਂ ਪਰਮਿਸ਼ਨ ਲਓ ਫੇਰ ਕਰਾਊਂਗਾ, ਤੁਸੀਂ ਤਾਂ ਕਹਿ ਦੋ ਬਾਅਦ 'ਚ 1-1.5 ਲੱਖ ਦਾ ਮੈਨੂੰ ਚਲਾਣ ਕੱਢ ਕੇ ਦੇ ਦਿਓ। ਜਿਹੜਾ ਆਹ ਐਗਜ਼ੌਸਟ ਲਾਇਆ ਹੈ ਨਾ, ਹਾਂਜੀ ਇਹੀ ਆ, ਹਾਂਜੀ ਇਹਦਾ ਖਰਚਾ ਕਿੰਨਾ ਕਿ ਆਪਾਂ ਇਹ ਕੰਪਲੀਟ ਲਵਾਉਣੀ ਆਪਣੀ ਗੱਡੀ ਨੂੰ? ਕੰਪਲੀਟ ਨਹੀਂ, ਕੱਲਾ ਐਗਜ਼ੌਸਟ 20,000 ਦਾ, ਕੱਲਾ ਐਗਜ਼ੌਸਟ 20,000 ਦਾ ਆ, ਬਸ ਇਹਦਾ ਕਮਾਲ ਆ ਸਰ, ਕਿੱਟ ਕੁੱਟ ਦਾ ਵਿੱਚ ਲੱਗੀ ਕਿੱਟ ਵੀ ਲੱਗੀ ਆ, ਉਹਦਾ ਕਿੰਨਾ ਖਰਚਾ? ਉਹਦਾ 1.5 ਲੱਖ, 1.5 ਲੱਖ ਰੁਪਏ ਦਾ ਦੇਖ ਲੈ ਕਿੱਟ ਲਵਾਈ ਆ ਤਾਂ 20,000 ਦਾ ਐਗਜ਼ੌਸਟ ਆ, 1,70,000 ਮੈਂ 2,00,000 ਰੁਪਏ ਥੱਲੇ ਥੱਲੇ ਪਛਾਤਾ ਗੱਡੀ ਦੇ, ਹੈ ਥੱਲੇ ਨੀਚੇ ਜਿਹੜੀ ਪਾਈਪਿੰਗ ਕੀਤੀ ਉਹ ਅਲੱਗ, ਉਹਦਾ ਕਿੰਨਾ ਖਰਚਾ? ਉਹਦਾ ਆ ਗਿਆ 10,000 ਰੁਪਏ ਇਕੱਲੀ ਪਾਈਪਿੰਗ, ਬਸ ਉਹ ਹੀ ਆ ਕਿ 2,00,000 ਰੁਪਏ ਗੱਡੀ ਥੱਲੇ ਪਛਾਤਾ, ਪਛਾਤਾ, ਹੈ
ਚਲਾ ਕੇ ਤਾਂ ਦਿਖਾ ਜੱਟ ਆ ਜਾਓ ਸਾਹਮਣੇ ਖੜ ਜਾਓ ਇੱਥੇ ਹੈ ਇੱਧਰਲੀ ਸਾਈਡ ਖੜ ਜਾਓ ਉੱਧਰ ਖੜ ਜਾਓ ਕਿਉਂ ਅੱਗ ਨਿਕਲਦੀ ਆ ਹਾਂਜੀ ਹੈ ਆ ਜਾ ਖੜ ਕੇ ਤਾਂ ਦੇਖ ਕਿਹੜੇ ਹੈ ਕੀ ਆ ਦੇਖੀ ਇਹ ਇੱਕ ਵਾਰੀ ਤਾਂ ਸਾਂ ਸਾਂ ਜੀ ਹੋਣ ਲਾ ਦਿੰਦੀ ਕੰਨਾਂ 'ਚ ਹੈ ਨਾ ਬਿਲਕੁਲ ਕੰਨ ਬੰਦ ਤੇ ਵੀ ਯਾਰ ਸੁਣਦਾ ਹੈ ਇਹਨੇ ਮੈਨੂੰ ਡਰਾਤਾ ਸੀਗਾ ਇੱਕ ਦਿਨ ਇਹਨੇ ਹਾਂਜੀ ਕਿੱਦਾਂ ਅਸੀਂ ਵੀਡੀਓ ਸ਼ੂਟਿੰਗ ਕਰਦੇ ਪਏ ਸੀਗਾ ਮੁੰਡਾ ਡਿੱਗੀ 'ਚ ਬੈਠਾ ਸੀਗਾ ਅੱਛਾ ਅਤੇ ਰੋਡ 'ਤੇ ਜਾਂਦੇ ਹੋ ਤੁਹਾਨੂੰ ਪਤਾ ਜੋ ਡਿੱਗੀ ਖੁੱਲ੍ਹੀ ਆਵਾਜ਼ ਆਉਣੀ ਹੈ ਅੱਛਾ ਮੈਂ ਪਹਿਲੀ ਵਾਰੀ ਸਾਊਂਡ ਸੁਣਦਾ ਪਿਆ ਸੀਗਾ ਅੱਛਾ ਪਹਿਲੀ ਵਾਰੀ ਸੁਣਦਾ ਪਹਿਲੀ ਵਾਰੀ ਸੁਣਦਾ ਪਿਆ ਸੀਗਾ ਤੌਬਾ ਕਰਾਤੀ ਸੀ ਗੱਡੀ 'ਚ ਬੈਠੇ ਇੰਨੇ ਪਟਾਕੇ ਤਾਂ ਉਹਦੇ ਵੀ ਹੈ ਨਹੀਂ ਉਹਦੇ ਹੁਣ ਹੈਗੇ ਬਟ ਚੱਲਦੀ ਤੇ ਇਹ ਤਾਂ ਯਾਰ ਖੜੀ ਅੱਗ ਕੱਢਦੀ ਆ ਇਹ ਖੜੀ ਕੱਢਦੀ ਆ ਇਹਨਾਂ ਨੂੰ ਘੱਟ ਸੁਣਦਾ ਹੈ ਤੇ ਬਾਹਰ ਲਿਆਂਦੇ ਤਾਂ ਜਲੂਸ ਉਹ ਇਹਨੂੰ ਤਾਂ ਇਹਨੂੰ ਤਾਂ ਹੱਥ ਪੈ ਗਈ ਆ ਮੈਨੂੰ ਤਾਂ ਹੱਥ ਪੈ ਗਈ ਕਿਉਂਕਿ ਹੈ ਨਾ ਸਟਾਰਟਿੰਗ 'ਚ ਉਹਦੇ ਵੀ ਹੁਣ ਪੈਂਦੇ ਆ ਕਿਉਂਕਿ ਅੱਗੇ 120 ਤੇ ਜਾ ਕੇ ਪੈਂਦੇ ਸੀਗੇ ਹੁਣ 40 ਤੇ ਚੜ੍ਹਾਉਤਾ ਪਏ ਸਾਹਮਣੇ ਜਦੋਂ ਪਹਿਲੀ ਵਾਰੀ ਮੈਂ ਗਿਆ ਨਾ ਲਵ ਕੋਲੇ ਦੇ ਤਾਂ ਇਹ ਗੱਡੀ 'ਚ ਭਾ ਕੇ ਨਾ ਜਦੋਂ ਇਹਨੇ ਪੜਾਕੇ ਜਿਹੇ ਮਾਰੇ ਰੋਡ ਦੇ ਉੱਤੇ ਉਹਦੇ ਇਹਨੇ ਮੈਂ ਉਹਦੇ ਕਿਹਾ ਮੈਂ ਕਿਹਾ ਮੁੜ ਕੇ ਤੇਰੀ ਗੱਡੀ 'ਚ ਨਹੀਂ ਬਹਿੰਦਾ ਮੈਂ ਹੈ ਚਲਾਉਂਦਾ ਇੱਕ ਤਾਂ ਬਹੁਤ ਤੇਜ਼ ਆ ਇੱਕੋ ਪੜਾਕੇ ਮਾਰਦੀ ਆ ਇੱਕ ਹੈ ਨਹੀਂ ਕਿ ਜੀ ਐਂ ਲੱਗਦਾ ਧਰਤੀ 'ਤੇ ਬੈਠੇ ਹਾਂ ਆਪਾਂ ਹੈ ਨਾ ਅਤੇ ਉੱਤੋਂ ਆਹ ਆ ਇਹਦੇ ਉਹਦੇ ਨਾਲੋਂ ਵੀ ਜ਼ਿਆਦਾ ਆ ਹੈ ਉਹ 'ਚ ਦੋ ਸਲਾਂਸਰ ਆ ਉਹ 'ਚ ਦੋ ਆ ਇਹ 'ਚ ਇੱਕ ਆ ਇਹ 'ਚ ਇੱਕ ਤਾਂ ਕਰਕੇ ਆ ਕਿਉਂਕਿ ਹੁਣ ਇਹ 'ਚ ਦੋ ਤਾਂ ਭੇੜੇ ਲੱਗਣੇ ਸਹੀ ਦੱਸਾਂ ਇੱਕ ਮੈਂ ਸੁਪਰਾ ਟਾਈਪ ਕਰਨੀ ਸੀ ਇਹਦਾ ਸਹੀ ਐਗਜ਼ੌਸਟ ਇੱਧਰ ਹੁੰਦਾ ਸਾਰਾ ਸਿਸਟਮ ਚੇਂਜ ਕਰਾ ਕੇ ਮੈਂ ਉੱਧਰ ਕਰਵਾਇਆ ਜਿਹੜੀ ਡਿੱਗੀ ਹੁੰਦੀ ਆ ਨਾ ਜਿੱਥੇ ਸਟਿਪਣੀ ਰੱਖਦੇ ਉਹ ਵੀ ਮੈਨੂੰ ਥੋੜ੍ਹੀ ਜਿਹੀ ਬੈਂਡ ਕਰਵਾਉਣੀ ਪਈ ਕਿਉਂਕਿ ਪਾਈਪਿੰਗ ਉੱਧਰ ਦੀ ਆਉਣੀ ਸੀਗੀ ਫਿਰ ਮੈਂ ਉੱਧਰ ਕਰਵਾਇਆ ਜਿਵੇਂ ਪਿਛਲੀ ਵੀਡੀਓ 'ਚ ਮੈਂ ਤੁਹਾਨੂੰ ਉਦੋਂ ਪੁੱਛਦਾ ਵੀ ਸੀ ਮੈਂ ਅਗਲੀ ਗੱਡੀ ਕਿਹੜੀ ਲੈਣੀ ਆ ਉਦੋਂ ਤੂੰ ਆਹ ਲੈਣ ਲੱਗਾ ਸੀ ਨਾ ਨਹੀਂ ਮੈਂ ਤੁਹਾਨੂੰ ਦੱਸਿਆ ਤਾਂ ਸੀਗਾ ਹੋਂਡਾ ਸਿਟੀ ਅੱਛਾ ਬਟ ਇੰਜਨ 'ਚ ਤਾਂ ਪਾਵਰ ਜ਼ਰੂਰ ਹੈਗੀ ਆ ਬਟ ਮੋਡੀਫਿਕੇਸ਼ਨ ਨਹੀਂ ਹੁੰਦੀ ਸੀ ਇਹ 'ਚ ਹੋ ਜੂ ਇਹ 'ਚ ਹੋ ਜੂ ਇਹ 'ਚ ਜੋ ਮਰਜ਼ੀ ਕਰ ਲਓ ਇੰਜਨ 'ਚ ਟਰਬੋ ਲਗਾਉਣਾ ਟਰਬੋ ਲਾ ਲਓ ਇਹ ਮੈਨੂੰ ਲੱਖ ਰੁਪਏ ਦੀ ਪਈ ਲੱਖ ਰੁਪਏ ਦੀ ਗੱਡੀ ਲੱਖ ਰੁਪਏ ਦੀ ਗੱਡੀ 2 ਲੱਖ ਰੁਪਏ ਉੱਤੇ ਲਾਤਾ ਜ਼ਿਆਦਾ ਹੀ ਲਾਤਾ ਜ਼ਿਆਦਾ ਲੱਗ ਗਿਆ ਕਿੰਨਾ ਲੱਗ ਗਿਆ ਮੇਰਾ ਲੱਗ ਗਿਆ ਤੇ 2.5 ਤੋਂ 3 ਲੱਖ ਰੁਪਏ ਲੱਗ ਗਿਆ 3 ਲੱਖ ਰੁਪਏ ਉੱਤੇ ਲਾਤਾ ਰਿਮਾ ਦੇ ਟਾਇਰ ਨੂੰ 4 ਲੱਖ ਰੁਪਏ ਦੀ ਗੱਡੀ ਆ ਹੈ ਜੇ ਕੋਈ ਦੇਖੋ ਉਹਨੂੰ ਨਹੀਂ ਪਤਾ ਲੱਗਣਾ ਹੁਣ ਜੇ ਬਰੀਕੀ ਦੱਸਾਂਗੇ ਫਿਰ ਬਰੀਕੀ ਦੱਸਾਂਗੇ ਫਿਰ ਉਹਨੂੰ ਪਤਾ ਲੱਗੂ ਕਿ ਭਾਈ ਇਹ ਚੀਜ਼ ਕੀ ਤੁਰੀ ਜਾਂਦੀ ਰੋਡ ਤੇ ਹਨਾ ਹਾਂਜੀ ਉਹਦਾ ਘਰੋਂ ਕੱਢਦਾ ਹੁੰਦਾ ਹੱਥ ਦੇ ਕੇ ਕਿੰਨੇ ਕੁ ਜਾਣੇ ਰੋਕ ਕੇ ਫੋਟੋ ਫੋਟੋ ਖਿਚਾਉਂਦੇ ਤਾਂ ਪੁੱਛਦੇ ਹੁੰਦੇ ਯਾਰ ਲੱਗਾ ਇਹਦੇ ਨਾਲ ਲੱਗਿਆ ਜ਼ਰੂਰ ਪੁੱਛਿਆ ਕਿਉਂਕਿ ਹੈ ਨਾ ਇਹਦੇ ਨੇ ਫੋਟੋ ਵਗੈਰਾ ਤਾਂ ਕਾਹਦੀ ਖਿੱਚਣੀ ਹੈ ਕਿਉਂਕਿ ਐਗਜ਼ੌਸਟ ਲੱਗਾ ਸਾਊਂਡ ਵਗੈਰਾ ਆਪਣਾ ਥੱਲੇ ਪਤਾ ਆਪਾਂ ਨੂੰ ਕਿੰਨੇ ਲੱਗੇ ਉੱਪਰ ਨਹੀਂ ਨਾ ਲੱਗੋ ਲੱਗਾ ਤਾਂ ਕਰਕੇ ਮੈਂ ਨਾ ਕਈਆਂ ਨੇ ਕਹਿਣਾ ਯਾਰ ਤੁਸੀਂ ਦਿਖਾਈ ਤਾਂ ਜਾਂਦੇ ਆ ਬੋਲ ਕੇ ਉਹ ਹਿੰਦੀ ਵਾਲੀ 'ਚ ਤਾਂ ਆਪਾਂ ਦਿਖਾਇਆ ਹਾਂਜੀ ਘੁਮਾ ਕੇ ਘੁੰਮ ਜੂ ਹੁਣੇ ਹਾਂਜੀ ਪੱਕਾ ਪੱਕਾ ਮੈਂ ਬਾਹਰ ਖੜਦਾ ਵਿੱਚ ਨਹੀਂ ਬਹਿਣਾ ਵਿੱਚ ਬਹਿ ਜਾ ਗੱਡੀ ਦਾ ਨਾਲ ਐਕਸਪੀਰੀਅੰਸ ਸ਼ੇਅਰ ਕਰਦੇ ਅੰਦਰ ਬੈਠੇ ਐਕਸਪੀਰੀਅੰਸ ਤਾਂ ਬਹੁਤ ਸੋਹਣਾ ਆ ਇਦਾਂ ਕਰ ਜਾਂਦਾ ਜਾਂਦਾ ਮੈਨੂੰ ਮਾਈਕ ਦੇ ਕੇ ਜਾ ਅਸੀਂ ਤੇਰੇ ਤੇ ਕਰਦੇ ਕਮੈਂਟਰੀ ਤੂੰ ਮਾੜੀ ਗੱਡੀ ਘੁਮਾ ਕੇ ਤਾਂ ਦਿਖਾ ਦੇ ਜੱਟਾ ਆਪਾਂ ਨੂੰ ਉਧਰ ਹੀ ਸਾਈਡ ਆਉਣਾ ਪੈਣਾ ਥੋੜਾ ਹਾਂ ਆ ਜਾਂਦੇ ਆ ਅੱਜ ਇੰਨਾ ਧਿਆਨ ਰੱਖੀ ਲੱਗੇ ਤਾਂ ਕਿ ਮੇਰੀ ਗੱਡੀ ਵੀ ਖੜੀ ਆ ਸਮਨੇ ਜਦੋਂ ਅੱਗੇ ਉਹਦਾ ਹੋ ਗਿਆ ਉਹ ਦੇ ਤਾਂ ਸਾਡੇ ਸਾਡ ਬੰਦੇ ਮਾੜਾ ਜਿਹਾ ਪਿੱਛੇ ਖੜੇ ਆ ਬੰਦੇ ਕੈਮਰੇ ਦੇ ਪਿੱਛੇ ਖੜੇ ਆ ਭਾਈ ਇਹਨਾਂ ਨੇ ਟਾਇਰ ਪਾੜਦਾ ਸਾਡੀ ਗੱਡੀ ਦਾ ਇਹਨੀ ਮੂਰੇ ਦੇਖਿਆ ਨਹੀਂ ਕਿ ਭਾਈ ਆ ਗਏ ਇਹਨਾਂ ਦੀ ਸ਼ਕਲ ਵੀ ਤੁਹਾਨੂੰ ਦਿਖਾਵਾਂਗੇ ਪਰ ਥੋੜਾ ਟੈਕਰ ਨਹੀਂ ਜਾਣਦੇ ਇਹਨੇ ਵਿੱਕੀ ਨੂੰ ਸਾਰੇ ਵਾਲੇ ਜਾਣਦੇ ਆ ਇਹਨੂੰ ਤੇ ਅੱਛਾ ਹੈ ਸਾਰਾ ਪੰਜਾਬ ਹਾਂ ਇਹਨੂੰ ਸਾਰਾ ਪੰਜਾਬ ਜਾਣਦਾ ਕਿਉਂਕਿ ਅੱਛਾ ਇਹ ਸਾਰਾ ਪੰਜਾਬ ਜਾਣਦਾ ਕਿ ਇਹ ਕਿਹੜੇ ਕਰਤੂਤ ਕਰਦਾ ਹੈ ਪੰਜਾਬ ਦੋ ਚਾਰ ਗੱਲਾਂ ਸਪੈਸ਼ਲ ਜਿਹੜੀਆਂ ਸਪੈਸਿਫਿਕ ਗੱਲਾਂ ਉਹ ਨਹੀਂ ਜਾਣਦਾ ਅੱਛਾ ਸੁਣਨੇ ਤੂੰ ਵਿੱਚ ਬੈ ਕੇ ਦੇਖਿਆ ਗੱਡੀ ਦੇ ਹਾਂ ਦੇਖਿਆ ਹਾਂ ਵਧੀਆ ਆ ਨਹੀਂ ਡਰ ਲੱਗਾ ਮੈਨੂੰ ਪਤਾ ਨਹੀਂ ਤਾਂ ਮੈਨੂੰ ਹਾਂ ਜਦ ਇੱਥੇ ਇੱਥੇ ਘੁੰਮਦੇ ਫੇਰ ਤਾਂ ਠੀਕ ਹੈ ਨੇੜੇ ਨਾ ਜਾਵੇ ਆਪਣੀ ਗੱਡੀ ਉਹ ਖੜੀ ਆ ਹਾਂ ਮਿੱਟੀ ਮਿੱਟੀ ਗੱਲ ਲੈ 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 ਹੋ ਗਿਆ ਨਹੀਂ ਹਨੀ ਜਿਗਰਾ ਆ ਉਹਦਾ ਬੰਦੇ ਦਾ ਮੈਨੂੰ ਤਾਂ ਬਹੁਤ ਡਰ ਲੱਗਦਾ ਆ ਇੱਦਾਂ ਦੇਖੇ ਤੇ ਵੱਧ ਡਰ ਲੱਗਦਾ ਵਿੱਚ ਬੈਠਿਆਂ ਦੇ ਨਹੀਂ ਪਤਾ ਲੱਗਦਾ ਹਾਂ ਵਿੱਚ ਬੈ ਕੇ ਤਾਂ ਸਵਾਦ ਜਿਹਾ ਆਉਂਦਾ ਨਾ ਗੱਡੀ ਦੇ ਦੇਖ 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 ਲੈ 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 ਨਾਲੇ ਇੱਕ ਚੀਜ਼ ਦੇਖੀ ਇਹ ਤਾਂ ਟੋਹੇ ਕੱਢ ਦੂ ਗੇਅਰ ਵੀ ਦੂਜਾ ਨਹੀਂ ਪਾਉਂਦਾ ਹੈ ਹਾਂ ਹਾਂ
ਟੋਹੇ ਕੱਢ ਦੂ ਇਹਦੇ ਆਲੇ ਦੁਆਲੇ ਇਹਨ ਗਾਂਜਾ ਹੁਣ ਕਵਾਊਗਾ ਇਹ ਆ ਦੇ ਉਹ ਨਹੀਂ ਲੈ ਕੇ ਆਉਂਦਾ ਅਗਲੇ ਦਾ ਕੰਟਰੋਲ ਆ ਯਾਰ ਸੁਮਨ ਗੱਲਬਾਤ ਪਤਾ ਕਿਵੇਂ ਆ ਜਦੋਂ ਜਿਹੜਾ ਲੋਹਾ ਆ ਨਾ ਜਦੋਂ ਲੋਹੇ ਨਾਲ ਤੁਹਾਨੂੰ ਮੂੰਹ ਪੈ ਗਿਆ ਕੋਈ ਦੇਖੀ ਨਹੀਂ ਰਿਹਾ ਗੱਲ ਸੁਣ ਪਤਾ ਕੀ ਕਹਿੰਦਾ ਮੈਂ ਜਦੋਂ ਲੋਹੇ ਨਾਲ ਬੰਦੇ ਦਾ ਮੂੰਹ ਪੈ ਜਾਂਦਾ ਨਾ ਲੋਹੇ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਬੰਦੇ ਨੂੰ ਕੀ ਚਾਹੀਦਾ ਹੈ ਬੰਦੇ ਨੂੰ ਉਦੋਂ ਹੀ ਡਰ ਲੱਗਦਾ ਹੁਣ ਆਪਣੀ ਗੱਡੀ ਆਪਾਂ ਡਰਦੇ ਉਹ ਚ ਬੈਠ ਉਹ ਯੂਜ਼ ਟੂ ਹੋ ਗਏ ਹਾਂ ਗੱਲ ਉਹੀ ਆ ਕੱਪੜੇ ਭਰਦੇ ਆਂਦੇ ਜਿਹੜਾ ਕਾਲੇ ਕੱਪੜੇ ਆ ਦੇ ਮਿੱਟੀ ਨਾਲ ਭਰ ਗਏ ਪਰ ਆਹ ਚੀਜ਼ ਆ ਭਾਈ ਜਿਹਦੇ ਕਰਕੇ ਮੁੰਡੇ ਨੇ ਪੈਸੇ ਲਾਏ ਆ ਗੱਡੀ ਤੇ ਹੈ ਹੈ ਸਮਨ ਵਰਦੀ ਆ ਹੁਣ ਬੈਕ ਵੀਲ ਡਰਾਈਵ ਜਿਹੜੀ ਹਾਂ ਚਲਾਉਂਦੇ ਆ ਹਾਂ ਐਂ ਘੁੰਮ ਜਾਂਦੀ ਆ ਫਰੰਟ ਵੀਲ ਮੈਨੂੰ ਕੋਈ ਘੁੰਮਾ ਕੇ ਦਿਖਾ ਲੈ ਫਰੰਟ ਵਾਲਾ ਤਾਂ ਔਖਾ ਕੰਮ ਬੜਾ ਔਖਾ ਆ ਪਰ ਐਂ ਆ ਵਿੱਚ ਬਹਿ ਕੇ ਵੀ ਪਰ ਇਹ ਨਾ ਜਿਹੜੇ ਬੰਦੇ ਨੂੰ ਐਂ ਲੱਗਦਾ ਨਾ ਕਿ ਯਾਰ ਫੋਕਰੀ ਮਾਰ ਦੇ ਜੋ ਮਰਦੀ ਵਿੱਚ ਬਹਿ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗਦਾ ਬਾਕੀ ਸ਼ੌਂਕ ਆ ਜੇ ਤਾਂ ਬਈ ਲਵ ਨੂੰ ਵਾਲਾ ਸ਼ੌਂਕ ਹੈ ਨਾ ਇਹ ਨਸ਼ਾ ਨਹੀਂ ਕਰੂਗਾ ਪੁੱਠੇ ਸਿੱਧੇ ਪਾਸੇ ਨਹੀਂ ਜਾਊਗਾ ਪੈਸਾ ਕਮਾਊਗਾ ਤਾਂ ਸ਼ੌਂਕ 'ਤੇ ਲਾਊਗਾ ਹੈਂ ਸਹੀ ਗੱਲ ਆ ਇਸੇ ਕਰਕੇ ਮੈਨੂੰ ਘਰ ਦੇ ਲਾਓਗੇ ਹਾਂ ਇਸੇ ਕਰਕੇ ਇਹਨੂੰ ਘਰ ਦੇ ਕਹਿੰਦੇ ਤੂੰ ਗੱਡੀਆਂ ਦੇ ਪੈਸੇ ਲਾਉਣੇ ਤੂੰ ਲਾ ਅਤੇ ਪਹਿਲਾਂ ਉਹ ਗੱਡੀ ਦਿਖਾਈ ਸੀ ਆਪਾਂ ਐਤਕ ਆਹ ਦਿਖਾਈ ਆ ਮੁੰਡੇ ਦਾ ਅਕਾਊਂਟ ਚੜਾਉਣਾ ਆ ਇੰਸਟਾਗ੍ਰਾਮ ਵਾਲਾ ਫੋਲੋ ਕਰ ਲਿਓ ਯੂਟਿਊਬ ਚਲਾ ਸੋਹਣੇ ਆ ਤੇਰਾ ਉਹ ਵੀ ਪ੍ਰਮੋਟ ਕਰਾਂਗੇ ਹੈਂ ਅਤੇ ਬਾਕੀ ਆਸ ਕਰਦੇ ਭਾਈ ਵੀਡੀਓ ਲੱਗੀ ਹੋਊਗੀ ਤੁਹਾਨੂੰ ਵਧੀਆ ਅਤੇ ਹਾਂ ਗੱਡੀ ਸੋਹਣੀ ਆ ਨਹੀਂ ਬਹੁਤ ਸੋਹਣੀ ਆ ਗੱਡੀ ਬਾਕੀ ਮੈਨੂੰ ਤਾਂ ਜਿੰਨਾ ਕੁ ਪਤਾ ਉਹਨਾਂ ਕੀ ਦੱਸਿਆ ਇੱਕ ਝੂਟਾ ਹੋਰ ਹਾਂ ਚਲੋ ਹੈ ਤਾਂ ਬਹੁਤ ਕੰਮ ਹੋਣਾ ਇਹਦਾ ਬਹੁਤ ਹੋਣਾ ਹੈ ਬਹੁਤ ਜ਼ਿਆਦਾ ਹੋਣਾ ਹਾਂ ਕੀ ਸੋਚਿਆ ਇਹਦੇ ਚ ਹੋਰ ਕੀ ਕਰਨਾ ਇਹਨਾਂ ਨੇ ਸਾਰਾ ਇੰਜਨ ਦਾ ਟਰਬੋ ਹਾਂ ਵੱਡੇ ਪਿਸਟਨ ਹੋਣਗੇ ਕ੍ਰੈਂਕ ਸ਼ਾਫਟ ਸਾਰੀ ਵੱਡੀ ਹੋਣੀ ਬੋਰ ਵੱਡੇ ਹੋ ਜਾਣੇ ਇੰਜਨ ਦੇ ਹਨਾ ਹਾਂ ਟਰਬੋ ਲੱਗ ਜਾਣਾ ਸ਼ਾਬਾਸ਼ ਟੋਟਲ ਕਿੱਟ ਲੱਗ ਜੂ ਇੰਟਰਕੂਲਰ ਬਣਾ ਕੇ ਲਾਉਣਾ ਹੂੰ ਨੀਵੀਂ ਹੋਈ ਨਹੀਂ ਘੱਟੋ ਘੱਟ ਚ ਸਪੇਸਰ ਬੂਟ ਅੰਦਰ ਜਾਂਦੀ ਰਹੇ ਬਸ ਇਹਦੀ ਐਚ ਪੀ ਵੱਧ ਜਾਣੀ ਗੱਡੀ ਦੀ ਫੇਰ ਹਨਾ ਹਾਰਸ ਪਾਵਰ ਵੀ ਜਾਣੀ ਇਹਦੀ ਵੱਧ ਹੂੰ ਤੇ ਟਾਇਰ ਇਹਦੇ ਇੰਨੇ ਹੋ ਜਾਣੇ ਅੱਛਾ ਹੁਣ ਸਿਰਫ ਜਾਂ ਹਲਕੇ ਜਾਂ ਟੇਡੇ ਹੋ ਜਾਣੇ ਹੈ ਟੇਡੇ ਜਮੀ ਟੇਡੇ ਹੋ ਜਾਣੇ ਆ ਇਹਦੇ ਵੀ ਐਕਸਟੈਂਡਰ ਮੰਗਵਾਏ ਉਹ ਇਦਾਂ ਰੱਖਣੇ ਪੈਣੇ ਆਪਾਂ ਤੇ ਬਾਕੀ ਮਿੱਤਰੋ ਆਏ ਆ ਹੁਣ ਜਦੋਂ ਅਗਲੀ ਵਾਰੀ ਮੋਡੀਫਿਕੇਸ਼ਨ ਕਰਾਊਗਾ ਨਾ ਫਿਰ ਸ਼ੋਰ ਨੂੰ ਮਿਲਣ ਲਾਵਾਂਗੇ ਇਹਨੂੰ ਹੈ ਛੇਤੀ ਤੇ ਬਾਕੀ ਜੱਟ ਆਇਆ ਸਮਾਂ ਦੇਣ ਲਈ ਭਾਈ ਤੇਰਾ ਧੰਨਵਾਦ ਆ ਅਤੇ ਛੇਤੀ ਮਿਲਦੇ ਬਾਕੀ ਅੱਜ ਕਰਦੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਅਤੇ ਬਾਈ ਬਾਈ ਟਾਟਾ ਟਾਟਾ ਸਾਰਿਆਂ ਨੂੰ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲੈ ਜਿੱਤਾ ਬਣ ਗਈ ਵੀਡੀਓ ਤੇਰੀ